ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਵਿਖੇ ਬਟਾਲਾ ਭੁੱਲਰ ਰੋਡ ਉੱਪਰ ਸਥਿਤ ਹਨ ਜਠੇਰੇ ਮਠਾਰੂ ਪਰਿਵਾਰ। ਇਸ ਸਥਾਨ ਉੱਪਰ ਸਮੂਹ ਮਠਾਰੂ ਪਰਿਵਾਰਾਂ ਵੱਲੋਂ ਹਰ ਸਾਲ ਆਪਣੇ ਵੱਡ ਵਡੇਰਿਆਂ ਦੀ ਯਾਦ ਵਿੱਚ ਜੋੜ ਮੇਲਾ ਕਰਵਾਇਆ ਜਾਂਦਾ ਹੈ। ਇਸ ਸਾਲ ਵੀ ਸਮੂਹ ਮਠਾਰੂ ਪਰਿਵਾਰਾਂ ਵੱਲੋਂ ਇਹ ਜੋੜ ਮੇਲਾ ਕਰਵਾਇਆ ਗਿਆ, ਜਿਸ ਵਿੱਚ ਸਮੂਹ ਮਠਾਰੂ ਪਰਿਵਾਰਾਂ ਵੱਲੋਂ ਪਹੁੰਚ ਕੇ ਆਪਣੇ ਵੱਡ ਵਡੇਰਿਆਂ ਨੂੰ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇੱਥੇ ਇਹ ਗੱਲ ਖਾਸ ਜ਼ਿਕਰਯੋਗ ਹੈ ਕਿ ਮਠਾਰੂ ਜਠੇਰਿਆਂ ਦਾ ਇਹ ਸਥਾਨ ਬਹੁਤ ਹੀ ਪਵਿੱਤਰ ਸਥਾਨ ਹੈ। ਇਸ ਸਥਾਨ ਉੱਪਰ ਜੋ ਵੀ ਆਪਣੀ ਮਨੋਕਾਮਨਾ ਲੈ ਕੇ ਆਉਂਦਾ ਹੈ, ਉਸ ਦੀ ਮਨੋਕਾਮਨਾ ਜ਼ਰੂਰ ਪੂਰੀ ਹੁੰਦੀ ਹੈ। ਸੁਖੀ ਬਸੇ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਮਾਲ ਸਾਹਿਬ ਜੀ ਜੋਰਾ ਮਠਾੜੂ ਗੋਦ ਦੇ ਜਠੇਰੇ ਨੇ, ਜਿਨ੍ਹਾਂ ਨੇ ਇੱਥੇ ਬੈਠ ਕੇ ਸ਼ਿਵਜੀ ਮਹਾਰਾਜ ਦੀ ਭਗਤੀ ਕੀਤੀ, ਆਰਾਧਨਾ ਕੀਤੀ, ਔਰ ਇੱਥੇ ਹੀ ਆਪਣਾ ਜਿਹੜਾ ਚੋਲਾ ਛੱਡਿਆ। ਅਸੀਂ ਇਹਨਾਂ ਦੀ ਜਗ੍ਹਾ 'ਤੇ ਆਏ ਹਾਂ। ਹਰ ਸਾਲ ਇੱਥੇ ਇੱਕ ਵਿਸਾਖ ਨੂੰ ਜਿਹੜਾ ਉਹ ਮਠਾੜੂ ਗੋਤ ਵੱਲੋਂ ਮੇਲਾ ਲਗਾਇਆ ਜਾਂਦਾ, ਜਿਹਦੀ ਅੱਜ ਕੱਲ੍ਹ ਸੇਵਾ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਮਠਾੜੂ ਕਰਦੇ ਨੇ। ਔਰ ਇਹ ਜਿਹੜਾ ਮੇਲਾ 13 ਅਪ੍ਰੈਲ ਜਾਂ 14 ਅਪ੍ਰੈਲ ਜਦੋਂ ਵਿਸਾਖੀ ਆਉਂਦੀ ਆ ਉਸ ਦਿਨ ਹੁੰਦਾ। ਅੱਗੇ ਪਿੱਛੇ ਹਰ ਸੰਗਰਾਂਦ ਦੇ ਉੱਤੇ ਇੱਥੇ ਜਿਹੜਾ ਲੰਗਰ ਲਗਾਇਆ ਜਾਂਦਾ, ਔਰ ਮਠਾੜੂ ਗੋਤ ਦੇ ਜਿਹੜੇ ਪਰਿਵਾਰ ਨੇ ਇੱਥੇ ਆ ਕੇ ਸੇਵਾ ਕਰਦੇ ਨੇ। ਇਹ ਬਾਬਾ ਮਾਲ ਜੀ ਬਾਰੇ ਇਤਿਹਾਸ 'ਚ ਆਉਂਦਾ ਕਿ ਇਹ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਅਖਾੜੇ ਦੇ ਵਿੱਚ ਪਹਿਲਵਾਨੀ ਕਰਦੇ ਸਨ, ਕਿਉਂਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਹੜੇ ਪਹਿਲਵਾਨੀ ਦੇ ਸ਼ੌਕੀਨ ਸਨ। ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਨਾਮ ਵੀ ਜਿਹੜਾ ਪਹਿਲਾਂ ਬਾਬਾ ਤੇਗਾ ਮੱਲ ਸੀ, ਔਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਜਦੋਂ ਗੁਰਗੱਦੀ ਮਿਲੀ ਤਾਂ ਗੁਰੂ ਤੇਗ ਬਹਾਦਰ ਜੀ। ਬਾਬਾ ਮੱਲ ਜੀ ਨੇ ਇੱਥੇ ਬੈਠ ਕੇ ਜਿਹੜੀ ਆ ਪਰਮਾਤਮਾ ਦੀ ਅਨੰਤ ਭਗਤੀ ਕੀਤੀ ਅਤੇ ਬ੍ਰਹਮ ਗਿਆਨ ਨੂੰ ਪ੍ਰਾਪਤ ਕੀਤਾ। ਔਰ ਮੈਂ ਆਪਣੇ ਵੱਲੋਂ, ਆਪਣੀ ਮਠਾੜੂ ਗੋਤ ਵੱਲੋਂ ਸਮੂਹ ਸੰਸਾਰ ਨੂੰ ਅੱਜ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ, ਵਿਸਾਖੀ ਦੀ ਅਤੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਮੱਲ ਸਾਹਿਬ ਜੀ ਦੀ ਜਿਹੜੀ ਆ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ। ਔਰ ਦੂਰੋਂ ਨੇੜੇ ਆਈਆਂ ਸੰਗਤਾਂ ਜਿਹੜੀਆਂ, ਇਹ ਜਗ੍ਹਾ ਜਿਹੜੀ ਆ ਪਿੰਡ ਭੁੱਲਰ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ, ਭਾਰਤ ਦੇ ਵਿੱਚ ਹੈ। ਔਰ ਇੱਥੇ ਜਿਹੜਾ ਦੂਰ ਦੁਰਾਡਿਓ ਜੋ ਵੀ ਸੰਗਤਾਂ ਹੁੰਦੀਆਂ ਨੇ ਮਠਾੜੂ ਕੁੱਲ ਦੀਆਂ, ਉਹਨਾਂ ਦੀਆਂ ਸਭ ਆਸਾਂ ਮਨਸਾ ਪੂਰੀਆਂ ਹੁੰਦੀਆਂ ਹਨ। ਅੱਜ ਜਿਹੜੀ ਇਹ ਪ੍ਰੋਗਰਾਮ ਸੀ, ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਓਟ ਆਸਰਾ ਲੈ ਕੇ ਸੁਖਮਨੀ ਸਾਹਿਬ ਦੇ ਪਾਠ ਸੰਪੂਰਨ ਹੋਏ ਨੇ। ਪਾਠ ਉਪਰੰਤ ਭੋਗ ਪਿਆ, ਔਰ ਗੁਰੂ ਸਾਹਿਬ ਦੀ ਮਰਿਆਦਾ ਅਨੁਸਾਰ ਅੱਜ ਜਿਹੜਾ ਇਹ ਮੇਲਾ ਮਨਾਇਆ ਜਾ ਰਿਹਾ। ਕਹਾਣੀਆਂ ਬਾਣੀਆਂ ਦੇ ਮਹਾਂਵਾਕ ਅਨੁਸਾਰ ਵੱਡ ਵਡੇਰਿਆਂ ਦੀ ਜਿਹੜੀ ਯਾਦ ਹੈ ਮਨਾਈ ਜਾ ਰਹੀ ਹੈ। ਔਰ ਮੈਂ ਸਮੂਹ ਸੰਗਤ ਨੂੰ ਆਪਣੇ ਵੱਲੋਂ, ਮੈਂ ਡਾਕਟਰ ਗੁਰਮੇਲ ਸਿੰਘ ਮਠਾੜੂ, ਸੀਨੀਅਰ ਲੀਡਰ ਭਾਰਤੀ ਜਨਤਾ ਪਾਰਟੀ ਪੰਜਾਬ, ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦਰਸ਼ਨ ਬਲ ਗੁਰੂ ਜੀ ਦਰਸ਼ਨ ਬਲ
जप जप जीवा सतगुर नाओ, जप जप जीवा सतगुर नाओ, जप जप जीवा सतगुर नाओ। गुरु जी के दर्शन को बल जा, गुरु जी के दर्शन को बल जा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਿਓ, ਆਪਾਂ ਸਾਰੇ ਜਿਹੜੇ ਨਾਮ ਲੈਵਾ ਗੁਰੂ ਨਾਨਕ ਸਾਹਿਬ ਦੀ ਸੰਗਤ ਹੈ, ਸਾਰੇ ਇਕੱਠੇ ਹੋਏ ਹਾਂ ਅਤੇ ਗੁਰੂ ਨਾਨਕ ਦੇ ਗੁਣ ਗਾਏ ਜਾਂਦੇ। ਜਿੰਨੇ ਸੰਤ ਮਹਾਂਪੁਰਖ ਵਾ ਇਹ ਸਾਰੇ ਇਕੱਤਰ ਹੁੰਦੇ ਗਏ, ਇਕੱਠੇ ਇਹ ਕੀ ਹੁੰਦੇ ਆ, ਕੋਈ ਮਜ਼ਬ ਨਾਲ ਤਲਕ ਨਹੀਂ ਰੱਖਦੇ। ਜਿਹੜੇ ਸੰਤ ਮਹਾਂਪੁਰਖ ਵਾ ਇਹ ਸਭ ਦੇ ਸਾਂਝੇ ਹੁੰਦੇ ਆ। ਇਸ ਜਗ੍ਹਾ ਦੇ ਉੱਤੇ ਹਰ ਇਨਸਾਨ ਦੇ ਆਸਾਂ ਮਨਸਾ ਪੂਰੀਆਂ ਹੁੰਦੀਆਂ ਅਤੇ ਗੁਰੂ ਕਿਰਪਾ ਕਰੇ ਤਾਂ ਹਰਗਦੀ ਹੁੰਦੀ ਰਹੇ। ਆਈ ਸੰਗਤ ਨੂੰ ਲੱਖ ਲੱਖ ਵਧਾਈ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੇਖੋ ਜੀ ਇਹ ਜਿਹੜੀ ਜਗ੍ਹਾ ਹੈ ਬਾਬਾ ਮਲ ਜੀ ਦੀ, ਇੱਥੇ ਬੜੀ ਕਿਰਪਾ ਹੈ ਮਹਾਰਾਜ ਦੀ। ਅਸੀਂ 10-12 ਸਾਲਾਂ ਤੋਂ ਦਿੱਲੀ ਤੋਂ ਇੱਥੋਂ ਆ ਰਹੇ ਹਾਂ, ਦਰਸ਼ਨ ਕਰ ਰਹੇ ਹਾਂ ਮਹਾਰਾਜ ਦੇ, ਔਰ ਬੜੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਨੇ। ਔਰ ਦੂਰੋਂ ਦੂਰੋਂ ਸੰਗਤਾਂ ਇੱਥੇ ਚੱਲ ਕੇ ਆਉਂਦੀਆਂ ਨੇ, ਨਤਮਸਤਕ ਹੁੰਦੀਆਂ ਨੇ। ਜੋ ਵੀ ਇੱਥੇ ਜਿਸ ਭਾਵਨਾ ਨਾਲ ਆਉਂਦਾ, ਭਾਵਨਾ ਉਹਨਾਂ ਦੀਆਂ ਪੂਰਨ ਹੁੰਦੀਆਂ ਨੇ। ਹਰ ਸਾਲ ਵੱਧ ਤੋਂ ਵੱਧ ਸੰਗਤ ਇੱਥੇ ਆਉਂਦੀ ਹੈ, ਔਰ ਗੁਰੂ ਮਹਾਰਾਜ ਦੇ ਅੱਜ ਖਾਲਸਾ ਦਿਵਸ 'ਤੇ ਵੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ, ਔਰ ਬਾਬਾ ਮਲ ਜੀ ਦੇ ਦਿਹਾੜੇ ਦੀਆਂ ਵੀ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਤੇ ਪਹੁੰਚੀਆਂ ਹੋਈਆਂ ਸੰਗਤਾਂ ਵਾਸਤੇ ਗੁਰੂ ਘਰ ਦੇ ਲੰਗਰਾਂ ਦਾ ਅਟੁੱਟ ਪ੍ਰਬੰਧ ਸੀ, ਜਿਸ ਨੂੰ ਸਮੂਹ ਸੰਗਤਾਂ ਨੇ ਪੰਗਤਾਂ ਵਿੱਚ ਬੈਠ ਕੇ ਗ੍ਰਹਿਣ ਕੀਤਾ। ਆਈ ਹੋਈ ਸਾਹ ਸੰਗਤ ਦੇ ਬਹੁਤ ਧੰਨਵਾਦੀ ਹਾਂ। ਇਹਨਾਂ ਰਲ ਮਿਲ ਕੇ ਜੋ ਸੇਵਾ ਕਰ ਰਹੇ ਨੇ, ਅਸੀਂ ਬਹੁਤ ਖੁਸ਼ੀ ਦਾ ਦਿਹਾੜਾ ਅੱਜ ਸੰਗਰਾਂਦ ਦਾ ਅਤੇ ਦਿਹਾੜਾ ਮਨਾ ਰਹੇ ਹਾਂ। ਹਜੇ ਹਰ ਸੰਗਰਾਂਦ ਦੇ ਉੱਤੇ ਇੱਥੇ ਲੰਗਰ ਲਾਇਆ ਜਾਂਦਾ, ਹਰ ਸੰਗਰਾਂਦ ਨੂੰ ਹਰ ਸ਼ਿਵਰਾਤਰੀ ਇੱਥੇ ਮਨਾਈ ਜਾਂਦੀ ਆ, ਅਤੇ ਵਿਸਾਖੀ ਵਾਲੇ ਦਿਨ ਜਿਸ ਦਿਨ ਵੀ ਸੰਗਰਾਂਦ ਹੋਏਗੀ ਵਿਸਾਖੀ, ਉਸ ਦਿਨ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ। ਜੋ ਜੋ ਦੂਰੋਂ ਦੂਰੋਂ ਸੰਗਤਾਂ ਦਿੱਲੀ ਤੋਂ, ਬੰਬੇ ਤੋਂ, ਅਸ਼ਾਮ ਤੋਂ, ਫਰੀਦਾਬਾਦ, ਉੜੀਸਾ, ਸਭ ਇੱਥੇ ਸੰਗਤਾਂ ਹਾਜ਼ਰ ਭਰਤੀਆਂ ਨੇ ਪੰਜਾਬ ਤੋਂ, ਇਹਨਾਂ ਤੋਂ ਮੈਂ ਸਾਰਿਆਂ ਦਾ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।